10,000 ਲੀਟਰ ਦੀ ਸ਼ਰਾਬ ਤੇ ਚੱਲਿਆ ਬੁਲਡੋਜ਼ਰ। ਸ਼ਰਾਬ ਦੀ ਕੁੱਲ ਕੀਮਤ ਦੱਸੀ ਜਾ ਰਹੀ 34 ਲੱਖ। ਤਾਂ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 11,000 ਲੀਟਰ ਦੀ ਸ਼ਰਾਬ ਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਹਜ਼ਾਰਾਂ ਦੇ ਵਿੱਚ ਬੋਤਲਾਂ ਪਈਆਂ ਨੇ, ਜਿਸ ਦੇ ਉੱਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਹਜ਼ਾਰਾਂ ਦੇ ਵਿੱਚ ਇੱਥੇ ਬੋਤਲਾਂ ਮੌਜੂਦ ਸੀ, ਇਹ ਸਾਰੀ ਨਜਾਇਜ਼ ਸ਼ਰਾਬ ਸੀ ਜਿਸ ਨੂੰ ਕਿ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਸੀ। ਤਾਂ ਵੇਖ ਸਕਦੇ ਹੋ ਕਿ ਕਿੰਨੀਆਂ ਹੀ ਬੋਤਲਾਂ ਇਸ ਬੁਲਡੋਜ਼ਰ ਦੇ ਵੱਲੋਂ ਭੰਨ ਦਿੱਤੀਆਂ ਗਈਆਂ ਨੇ। ਤਾਂ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਇਸ ਸ਼ਰਾਬ ਦੀ ਕੁੱਲ ਕੀਮਤ 34 ਲੱਖ ਰੁਪਏ ਦੱਸੀ ਜਾ ਰਹੀ ਹੈ। ਤਾਂ ਕਾਫੀ ਪੇਟੀਆਂ ਸੀ ਇਸ ਸ਼ਰਾਬ ਦੀਆਂ, ਜਿਹੜੀਆਂ ਕਿ ਇਸ ਬੁਲਡੋਜ਼ਰ ਦੇ ਨਾਲ ਮੌਕੇ ਤੇ ਤੋੜ ਦਿੱਤੀਆਂ ਗਈਆਂ ਨੇ। ਤਾਂ ਇਹਨਾਂ ਤੇ ਇਹ ਬੁਲਡੋਜ਼ਰ ਚੱਲਿਆ। ਤਾਂ ਇਸ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਸ਼ਰਾਬ ਦੀਆਂ ਬੋਤਲਾਂ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਸਾਰੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਦੱਸਦੇ ਕਿ ਇਹ ਖਬਰ ਯੂਪੀ ਤੋਂ ਸਾਹਮਣੇ ਆਈ ਹੈ। ਤਾਂ ਇਹ 11,000 ਲੀਟਰ ਸ਼ਰਾਬ ਸੀ ਜਿਹੜੀ ਕਿ ਮੌਕੇ ਤੇ ਬੁਲਡੋਜ਼ਰ ਦੇ ਨਾਲ ਨਸ਼ਟ ਕੀਤੀ ਗਈ ਹੈ। ਦਸ ਹਜ਼ਾਰ ਲੀਟਰ ਦੀ ਸ਼ਰਾਬ ਤੇ ਚੱਲਿਆ ਬੁਲਡੋਜ਼ਰ। ਸ਼ਰਾਬ ਦੀ ਕੁੱਲ ਕੀਮਤ ਦੱਸੀ ਜਾ ਰਹੀ 34 ਲੱਖ। ਤਾਂ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 11,000 ਲੀਟਰ ਦੀ ਸ਼ਰਾਬ ਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਹਜ਼ਾਰਾਂ ਦੇ ਵਿੱਚ ਬੋਤਲਾਂ ਪਈਆਂ ਨੇ, ਜਿਸ ਦੇ ਉੱਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਹਜ਼ਾਰਾਂ ਦੇ ਵਿੱਚ ਇੱਥੇ ਬੋਤਲਾਂ ਮੌਜੂਦ ਸੀ, ਇਹ ਸਾਰੀ ਨਜਾਇਜ਼ ਸ਼ਰਾਬ ਸੀ ਜਿਸ ਨੂੰ ਕਿ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਸੀ। ਤਾਂ ਵੇਖ ਸਕਦੇ ਹੋ ਕਿ ਕਿੰਨੀਆਂ ਹੀ ਬੋਤਲਾਂ ਇਸ ਬੁਲਡੋਜ਼ਰ ਦੇ ਵੱਲੋਂ ਭੰਨ ਦਿੱਤੀਆਂ ਗਈਆਂ ਨੇ। ਤਾਂ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਇਸ ਸ਼ਰਾਬ ਦੀ ਕੁੱਲ ਕੀਮਤ 34 ਲੱਖ ਰੁਪਏ ਦੱਸੀ ਜਾ ਰਹੀ ਹੈ। ਤਾਂ ਕਾਫੀ ਪੇਟੀਆਂ ਸੀ ਇਸ ਸ਼ਰਾਬ ਦੀਆਂ, ਜਿਹੜੀਆਂ ਕਿ ਇਸ ਬੁਲਡੋਜ਼ਰ ਦੇ ਨਾਲ ਮੌਕੇ ਤੇ ਤੋੜ ਦਿੱਤੀਆਂ ਗਈਆਂ ਨੇ। ਤਾਂ ਇਹਨਾਂ ਤੇ ਇਹ ਬੁਲਡੋਜ਼ਰ ਚੱਲਿਆ। ਤਾਂ ਇਸ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਸ਼ਰਾਬ ਦੀਆਂ ਬੋਤਲਾਂ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਸਾਰੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਦੱਸਦੇ ਕਿ ਇਹ ਖਬਰ ਯੂਪੀ ਤੋਂ ਸਾਹਮਣੇ ਆਈ ਹੈ। ਤਾਂ ਇਹ 11,000 ਲੀਟਰ ਸ਼ਰਾਬ ਸੀ ਜਿਹੜੀ ਕਿ ਮੌਕੇ ਤੇ ਬੁਲਡੋਜ਼ਰ ਦੇ ਨਾਲ ਨਸ਼ਟ ਕੀਤੀ ਗਈ ਹੈ। ਦਸ ਹਜ਼ਾਰ ਲੀਟਰ ਦੀ ਸ਼ਰਾਬ ਤੇ ਚੱਲਿਆ ਬੁਲਡੋਜ਼ਰ। ਸ਼ਰਾਬ ਦੀ ਕੁੱਲ ਕੀਮਤ ਦੱਸੀ ਜਾ ਰਹੀ 34 ਲੱਖ। ਤਾਂ ਦੱਸਦੇ ਕਿ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 11,000 ਲੀਟਰ ਦੀ ਸ਼ਰਾਬ ਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਹਜ਼ਾਰਾਂ ਦੇ ਵਿੱਚ ਬੋਤਲਾਂ ਪਈਆਂ ਨੇ, ਜਿਸ ਦੇ ਉੱਤੇ ਇਹ ਬੁਲਡੋਜ਼ਰ ਚਲਾਇਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਹਜ਼ਾਰਾਂ ਦੇ ਵਿੱਚ ਇੱਥੇ ਬੋਤਲਾਂ ਮੌਜੂਦ ਸੀ, ਇਹ ਸਾਰੀ ਨਜਾਇਜ਼ ਸ਼ਰਾਬ ਸੀ ਜਿਸ ਨੂੰ ਕਿ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਸੀ। ਤਾਂ ਵੇਖ ਸਕਦੇ ਹੋ ਕਿ ਕਿੰਨੀਆਂ ਹੀ ਬੋਤਲਾਂ ਇਸ ਬੁਲਡੋਜ਼ਰ ਦੇ ਵੱਲੋਂ ਭੰਨ ਦਿੱਤੀਆਂ ਗਈਆਂ ਨੇ। ਤਾਂ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਇਸ ਸ਼ਰਾਬ ਦੀ ਕੁੱਲ ਕੀਮਤ 34 ਲੱਖ ਰੁਪਏ ਦੱਸੀ ਜਾ ਰਹੀ ਹੈ। ਤਾਂ ਕਾਫੀ ਪੇਟੀਆਂ ਸੀ ਇਸ ਸ਼ਰਾਬ ਦੀਆਂ, ਜਿਹੜੀਆਂ ਕਿ ਇਸ ਬੁਲਡੋਜ਼ਰ ਦੇ ਨਾਲ ਮੌਕੇ ਤੇ ਤੋੜ ਦਿੱਤੀਆਂ ਗਈਆਂ ਨੇ। ਤਾਂ ਇਹਨਾਂ ਤੇ ਇਹ ਬੁਲਡੋਜ਼ਰ ਚੱਲਿਆ। ਤਾਂ ਇਸ ਨਜਾਇਜ਼ ਸ਼ਰਾਬ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ ਪ੍ਰਸ਼ਾਸਨ ਦੇ ਵੱਲੋਂ
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਸ਼ਰਾਬ ਦੀਆਂ ਬੋਤਲਾਂ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਸਾਰੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤਾਂ ਦੱਸ ਦੇ ਕਿ ਇਹ ਖਬਰ ਯੂਪੀ ਤੋਂ ਸਾਹਮਣੇ ਆਈ ਹੈ। ਤਾਂ ਇਹ 11,000 ਲੀਟਰ ਸ਼ਰਾਬ ਸੀ ਜਿਹੜੀ ਕਿ ਮੌਕੇ ਤੇ ਬੁਲਡੋਜ਼ਰ ਦੇ ਨਾਲ ਨਸ਼ਟ ਕੀਤੀ ਗਈ ਹੈ।